ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੀ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਆਂਗਨਵਾੜੀ ਦੀ ਅਪਡੇਟ ਦੇ ਬਾਰੇ ਵਿੱਚ। ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਸੀਗੇ ਕਿ ਪੰਜਾਬ ਆਂਗਨਵਾੜੀ ਦੀ ਭਰਤੀ ਜਿਹੜੀ ਹੈ ਕਦੋਂ ਨਿਕਲਣੀ ਹੈ ਔਰ ਕੀ ਰਿਕਰੂਟਮੈਂਟ ਕੀ ਰਿਕੁਆਇਰਮੈਂਟ ਹੁੰਦੀ ਹੈ, ਉਹਦੇ ਵਿੱਚ ਅਸੀਂ ਅੱਜ ਡਿਟੇਲ 'ਚ ਗੱਲ ਕਰਾਂਗੇ। ਠੀਕ ਹੈ ਜੀ, ਕਿੱਦਾਂ ਅਪਲਾਈ ਕਰ ਸਕਦੇ ਔਰ ਕੀ ਕੀ ਉਹਦੀ ਰਿਕੁਆਇਰਮੈਂਟ ਹੁੰਦੀ ਹੈ। ਉਸ ਤੋਂ ਪਹਿਲਾਂ ਅਗਰ ਮੇਰੇ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਬਟਨ ਔਰ ਬੈਲ ਬਟਨ ਨੂੰ ਦੁਬਾਰਾ ਨਾ ਭੁੱਲਣਾ ਕਿਸੇ ਵੀ ਸਰਕਾਰੀ ਜੋਬ ਦੇ ਅਪਡੇਟ ਦੇ ਲਈ। ਔਰ ਸਾਡੀ ਵੈਬਸਾਈਟ www.glory.com 'ਤੇ ਡੇਲੀ ਬੇਸਿਸ 'ਤੇ ਕੁਝ ਚੈੱਕ ਕਰ ਲਿਆ ਕਰੋ, ਕਿਉਂਕਿ ਇਸ ਵਿੱਚ ਡੇਲੀ ਬੇਸਿਸ 'ਤੇ ਅਸੀਂ ਬਹੁਤ ਸਾਰੀ ਆ ਚੁੱਕੀਆਂ ਔਰ ਆਉਣ ਵਾਲੀਆਂ ਗੌਰਮੈਂਟ ਜੋਬ ਦੇ ਲਈ ਅਪਡੇਟ ਪਾਉਂਦੇ ਰਹਿੰਦੇ ਹਾਂ। ਠੀਕ, ਚੈੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਸੀਂ ਉਸ ਚੈਨਲ ਨੂੰ ਸਾਡੇ ਨੂੰ ਔਰ ਸਾਡੀ ਜਿਹੜੀ ਵੈਬਸਾਈਟ ਹੈ ਦੋਨੋਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਬਟਨ ਦੇ ਥਰੂ ਸਬਸਕ੍ਰਾਈਬ ਕਰਕੇ ਤੁਹਾਨੂੰ ਡੇਲੀ ਬੇਸਿਸ 'ਤੇ ਅਪਡੇਟ ਜਿਹੜੇ ਨੇ ਟਾਈਮ ਟੂ ਟਾਈਮ ਮਿਲਦੇ ਰਿਹਾ ਕਰਨਗੇ। ਔਰ ਅਗਰ ਤੁਸੀਂ ਕਿਸੇ ਵੀ ਸਰਕਾਰੀ ਜੋਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਮਿਲ ਜਾਏਗਾ, ਤੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਆਂਗਨਵਾੜੀ ਦੀ ਜਿਹੜੀ ਭਰਤੀ ਹੈ ਉਹ ਕਿੱਦਾਂ ਆਉਂਦੀ ਹੈ, ਕੀ ਕੀ ਹੁੰਦਾ ਹੈ ਉਹਦੇ ਵਿੱਚ। ਡਿਪਾਰਟਮੈਂਟ ਨੇਮ ਜਿਹੜਾ ਹੁੰਦਾ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਹੁੰਦਾ ਹੈ। ਠੀਕ ਹੈ ਜੀ, ਅਤੇ ਜਿਹੜੀ ਨੰਬਰ ਆਫ ਨੇਮ ਆਫ ਪੋਸਟ ਹੁੰਦੀ ਹੈ ਵਰਕਰਸ ਦੀ ਆਉਂਦੀ ਹੈ, ਹੈਲਪਰਸ ਦੀ ਆਉਂਦੀ ਹੈ ਔਰ ਸੁਪਰਵਾਈਜ਼ਰਸ ਦੀ ਆਉਂਦੀ ਹੈ। ਨੰਬਰ ਆਫ ਵਕੈਂਸੀਜ਼ ਜਿਹੜੀਆਂ ਨੇ ਅਲੱਗ ਅਲੱਗ ਹੁੰਦੀਆਂ ਨੇ। ਠੀਕ ਹੈ ਜੀ, ਕਿਉਂਕਿ ਅਲੱਗ ਅਲੱਗ ਪੋਸਟ ਹੁੰਦੀ ਹੈ, ਅਲੱਗ ਅਲੱਗ ਪੋਸਟ ਲਈ ਅਲੱਗ ਅਲੱਗ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਔਰ ਉਹਨਾਂ ਦੇ ਅਕੋਰਡਿੰਗਲੀ ਨੰਬਰ ਆਫ ਪੋਸਟ ਆਉਂਦੀਆਂ ਨੇ। ਏਜ ਲਿਮਿਟ ਜਿਹੜੀ ਰਹਿੰਦੀ ਹੈ 18 ਸਾਲ ਮਿਨੀਮਮ ਰਹਿੰਦੀ ਹੈ, ਮੈਕਸੀਮਮ ਜਿਹੜੀ 45 ਈਅਰਸ ਹੁੰਦੀ ਹੈ। ਏਜ ਰਿਲੈਕਸੇਸ਼ਨ ਐਪਲੀਕੇਬਲ ਐਜ਼ ਪਰ ਰੂਲ ਹੁੰਦੀ ਹੈ ਜੀ। ਕੁਆਲੀਫਿਕੇਸ਼ਨ ਜਿਹੜੀ ਹੋਏਗੀ 5th, 8th, 10th ਪਲੱਸ ਟੂ ਗ੍ਰੈਜੂਏਟ ਔਰ ਗ੍ਰੈਜੂਏਟ ਤੋਂ ਅਬਵ ਵਾਲੇ ਵੀ ਅਪਲਾਈ ਕਰ ਸਕਦੇ ਨੇ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਰਿਟਨ ਐਗਜ਼ਾਮ ਹੁੰਦਾ ਸਭ ਤੋਂ ਪਹਿਲਾਂ ਤੁਹਾਡਾ। ਠੀਕ ਹੈ ਜੀ, ਫਿਰ ਪਰਸਨਲ ਇੰਟਰਵਿਊ ਹੁੰਦੀ ਹੈ, ਫਿਰ ਡਾਕੂਮੈਂਟ ਜਿਹੜੇ ਨੇ ਵੈਰੀਫਿਕੇਸ਼ਨ ਵੀ ਹੁੰਦੇ ਨੇ ਤੁਹਾਡੀ। ਠੀਕ ਹੈ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ। ਇੰਪੋਰਟੈਂਟ ਡੇਟ ਜਦੋਂ ਵੀ ਆਉਣਗੇ ਅਸੀਂ ਡੇਲੀ ਬੇਸਿਸ 'ਤੇ ਅਸੀਂ ਵੀ ਅਪਡੇਟ ਕਰਾਂਗੇ ਔਰ ਅਸੀਂ ਇਸ ਪੋਸਟ ਦੇ ਲਾਸਟ ਵਿੱਚ ਤੁਹਾਨੂੰ ਇਸ ਅਫੀਸ਼ੀਅਲ ਵੈਬਸਾਈਟ ਦਾ ਜਿਹੜਾ ਲਿੰਕ ਹੈ ਉਹ ਦਿੱਤਾ ਹੋਇਆ, ਤੁਸੀਂ ਡੇਲੀ ਬੇਸਿਸ ਜਾ ਕੇ ਚੈੱਕ ਵੀ ਕਰ ਸਕਦੇ ਹੋ। ਅਸੀਂ ਤਾਂ ਤੁਹਾਨੂੰ ਇਹਦੇ ਅਪਡੇਟ ਦੇ ਦਾਂਗੇ ਟਾਈਮ ਟੂ ਟਾਈਮ ਜਦੋਂ ਵੀ ਆਏਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਇੰਪੋਰਟੈਂਟ ਲਿੰਕ ਦੀ ਵੀ। ਦੇਖੋ ਇਹਦੇ ਵਿੱਚ ਅਸੀਂ ਹੋਰ ਵੀ ਜਿਹੜੀਆਂ ਵੀ ਗੌਰਮੈਂਟ ਜੋਬਸ ਆਈਆਂ ਹੋਈਆਂ ਨੇ, ਠੀਕ, ਉਹਨਾਂ ਦੇ ਵੀ ਲਿੰਕ ਪਾਏ ਹੋਏ ਨੇ, ਪਲੱਸ ਤੁਸੀਂ ਅਫੀਸ਼ੀਅਲ ਵੈਬਸਾਈਟ 'ਤੇ ਵੀ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ ਜਿਹੜੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ। ਤੁਸੀਂ ਡੇਲੀ ਬੇਸਿਸ 'ਤੇ ਜਾ ਕੇ ਚੈੱਕ ਕਰਦੇ ਰਹਿਣਾ ਵੈਬਸਾਈਟ ਦੇ ਉੱਪਰ ਕਿ ਕੋਈ ਨਵਾਂ ਨੋਟੀਫਿਕੇਸ਼ਨ ਆਊਟ ਤਾਂ ਨਹੀਂ ਹੋਇਆ, ਔਰ ਅਸੀਂ ਵੀ ਤੁਹਾਨੂੰ ਜਦੋਂ ਵੀ ਕੋਈ ਨਵਾਂ ਅਪਡੇਟ ਆਏਗਾ ਆਂਗਨਵਾੜੀ ਦੀ ਭਰਤੀ ਬਾਰੇ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ। ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ। ਥੈਂਕ ਯੂ ਫੋਰ ਵਾਚਿੰਗ।